ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ। ਲੋ ਜੀ ਗੱਲ ਕਰਦੇ ਆ ਬੱਬੂ ਮਾਨ ਸਾਹਿਬ ਦੇ ਬਾਰੇ। ਜਿਵੇਂ ਤੁਹਾਨੂੰ ਪਤਾ ਹੀ ਕਿ 26 ਜਨਵਰੀ ਵਾਲੇ ਦਿਨ ਕਾਫੀ ਜ਼ਿਆਦਾ ਹੰਗਾਮਾ ਦੇਖਣ ਨੂੰ ਮਿਲਿਆ ਲਾਲ ਕਿਲੇ ਦੇ ਉੱਤੇ, ਜਿਸ ਦਾ ਇਲਜ਼ਾਮ ਕਿਤੇ ਨਾ ਕਿਤੇ ਕਿਸਾਨਾਂ ਦੇ ਉੱਤੇ ਲਗਾਇਆ ਜਾ ਰਿਹਾ ਹੈ। ਕਿਸਾਨ 3 ਮਹੀਨੇ ਦੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਅਤੇ ਅਚਾਨਕ ਹੀ ਸਿਆਸਤਦਾਨਾਂ ਦੇ ਵੱਲੋਂ ਲਾਲ ਕਿਲੇ ਦੇ ਉੱਤੇ ਆਪਣੇ ਕੁਝ ਲੋਕਾਂ ਨੂੰ ਭੇਜਿਆ ਗਿਆ ਅਤੇ ਉੱਥੇ ਹਫੜਾ ਦਫੜੀ ਮਚਾਈ ਗਈ, ਜਿਸ ਨੂੰ ਲੈ ਕੇ ਕਿਸਾਨਾਂ ਦੇ ਉੱਤੇ ਦੋਸ਼ ਲਗਾਇਆ ਗਿਆ ਕਿ ਇਹ ਕਿਸਾਨ ਸਨ। ਜਦਕਿ ਕਿਸਾਨ ਜਥੇਬੰਦੀਆਂ ਨੇ ਸਾਫ ਇਨਕਾਰ ਕਰ ਦਿੱਤਾ ਹੈ ਕਿ ਉਹ ਕਿਸਾਨ ਨਹੀਂ ਸਨ, ਉਹ ਬੀਜੇਪੀ ਦੇ ਹੀ ਛੱਡੇ ਗਏ ਬੰਦੇ ਸਨ। ਸਿਰਫ ਇੰਨਾ ਹੀ ਨਹੀਂ, ਇਸ ਤੋਂ ਬਾਅਦ ਕਾਫੀ ਲੋਕਾਂ ਦੇ ਵਿੱਚ ਗੁੱਸਾ ਹੈ ਕਿਉਂਕਿ ਜੋ ਆਮ ਲੋਕ ਹਨ ਉਹਨਾਂ ਦੀ ਨਜ਼ਰਾਂ ਦੇ ਵਿੱਚ ਕਿਸਾਨਾਂ ਨੂੰ ਗਲਤ ਦਿਖਾਇਆ ਗਿਆ ਹੈ। ਅਤੇ ਹੁਣ ਇਸੇ ਵਿਸ਼ੇ ਨੂੰ ਲੈ ਕੇ ਬੱਬੂ ਮਾਨ ਸਾਹਿਬ ਨੇ ਗੁੱਸਾ ਜ਼ਾਹਿਰ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਕਿੰਨੇ ਸਮਿਆਂ ਤੋਂ ਸਾਡਾ ਪੰਜਾਬ ਦਾ ਕਿਸਾਨ ਅਤੇ ਹੋਰ ਕਿਸਾਨ ਮਿਲ ਕੇ ਇਸ ਅੰਦੋਲਨ ਨੂੰ ਸ਼ਾਂਤਮਈ ਅੱਗੇ ਲੈ ਕੇ ਜਾ ਰਹੇ ਸਨ ਅਤੇ ਅਚਾਨਕ ਹੀ ਕੁਝ ਲੋਕਾਂ ਦੇ ਵੱਲੋਂ ਇਸ ਅੰਦੋਲਨ ਨੂੰ ਬਰਬਾਦ ਕਰ ਦਿੱਤਾ ਗਿਆ। ਆ ਤੁਹਾਨੂੰ ਦਿਖਾਉਂਦੇ ਹਾਂ ਕੀ ਕਿਹਾ ਹੈ ਬੱਬੂ ਮਾਨ ਸਾਹਿਬ ਨੇ। 6 ਮਹੀਨੇ ਵਿੱਚ ਬੂਟਾ ਪਾਲਿਆ ਸੀ, ਅੱਧੀ ਰਾਤ ਕੋਈ ਦਾਤੀ ਫਿਰ ਗਿਆ, ਇੱਕ ਇੱਕ ਇੱਟ ਦੇ ਨਾਲ ਚੁਬਾਰਾ ਪਾਇਆ ਸੀ, ਇੱਕੋ ਝਟਕੇ ਦੇ ਵਿੱਚ ਮਿੱਤਰੋ ਢਹਿ ਗਿਆ, ਚੋਰੀ ਚੋਰੀ ਕੌਣ ਜ਼ਮੀਰਾਂ ਧਰ ਗਿਆ ਏ, ਉਹਦਾ ਕੀ ਜੋ ਕੂਚ ਜਹਾਨੋਂ ਕਰ ਗਿਆ ਏ ਬੇਈਮਾਨ। ਤੇ ਨਾਲ ਹੀ ਬੱਬੂ ਮਾਨ ਸਾਹਿਬ ਲਿਖਦੇ ਹਨ ਕਿ ਆਪਣੇ ਹੀ ਲੋਕ ਡੈਸ਼ ਆ, ਕੀ ਕਰੀਏ ਹਰ ਮਗਰ ਲੱਗ ਜਾਂਦੇ ਨੇ, ਦੇਖ ਕੇ ਲੀਡਰ ਨਹੀਂ ਬਣਾਉਂਦੇ, ਜੋ ਹੱਕ ਦੀ ਗੱਲ ਕਰਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਉਹ ਸਰਕਾਰਾਂ ਵਾਲੇ ਆ ਤੇ ਜੋ ਸਰਕਾਰਾਂ ਵਾਲੇ ਆ ਉਹ ਇਹਨਾਂ ਨੂੰ ਆਪਦੇ ਲੱਗਦੇ ਨੇ। ਇੱਕ ਕਹੀ ਜਾਂਦਾ ਸੀ ਸ਼ਾਂਤੀ ਨਾਲ ਬੈਠਣ ਨਾਲ ਕੀ ਹੋ ਗਿਆ, ਕੀ ਦੱਸੀਏ ਕਿ ਸ਼ਾਂਤੀ ਨਾਲ ਬੈਠਣ ਕਰਕੇ ਹੀ ਇੰਨੀਆਂ ਮੀਟਿੰਗਾਂ ਕਰਦੇ ਰਹੇ, 2 ਬਿੱਲ ਤਾਂ ਹੀ ਵਾਪਸ ਹੋ ਗਏ, ਮੇਨ ਬਿੱਲ ਵੀ ਵਾਪਸ ਹੋ ਜਾਣਾ ਸੀ, ਥੋੜਾ ਟਾਈਮ ਹੋਰ ਕੱਢ ਲੈਂਦੇ, ਹੁਣ ਵੀ ਹੋ ਜਾਣਗੇ ਰੱਦ, ਬਸ ਟਾਈਮ ਥੋੜਾ ਵੱਧ ਲੱਗ ਜਾਣਾ ਏ। ਜੀ ਹਾਂ, ਇਹ ਬੱਬੂ ਮਾਨ ਸਾਹਿਬ ਦੀ ਪੋਸਟ ਕੁਝ ਸਮੇਂ ਪਹਿਲਾਂ ਸਾਂਝੀ ਕੀਤੀ ਗਈ, ਜਿਸ ਦੇ ਰਾਹੀਂ ਉਹਨਾਂ ਨੇ ਦੁੱਖ ਜ਼ਾਹਿਰ ਕੀਤਾ ਹੈ, ਪਰ ਫਿਰ ਵੀ ਉਹਨਾਂ ਨੇ ਕਿਸਾਨਾਂ ਦੇ ਹੌਸਲੇ ਨੂੰ ਬੁਲੰਦ ਕੀਤਾ ਹੈ। ਬੱਬੂ ਮਾਨ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਤੁਸੀਂ ਕਿੰਨੇ ਕੁ ਸਹਿਮਤ ਹੋ ਬੱਬੂ ਮਾਨ ਸਾਹਿਬ ਦੀ ਇਸ ਪੋਸਟ ਦੇ ਨਾਲ? ਆਪਣੇ ਵੱਲੋਂ ਬੱਬੂ ਮਾਨ ਸਾਹਿਬ ਦੇ ਕੱਟੜ ਫੈਨ ਬੱਬੂ ਮਾਨ ਦੀ ਇਸ ਪੋਸਟ ਦੇ ਲਈ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ।